ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ, ਪੰਜਾਬ ਦੇ ਲੋਕਾਂ ਤੋਂ ਮੰਗਣੀ ਚਾਹੀਦੀ ਹੈ, ਵਿਧਾਨ ਸਭਾ ਦੇ ਸਦਨ 'ਚ ਆ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਤਾਂ ਕਿ ਉਹ ਸਦਨ ਦੀ ਜਿਹੜੀ ਮਰਿਆਦਾ ਉਹ ਬਾਹਰ ਹੋ ਸਕੇ। ਮੈਂ ਸਮਝਦਾ ਵੀ ਸਪੀਕਰ ਸਾਹਿਬ ਨੂੰ ਉਹਦੇ ਖਿਲਾਫ ਸਖ਼ਤ ਐਕਸ਼ਨ ਲੈਣਾ ਚਾਹੀਦਾ, ਘੱਟੋ ਘੱਟ ਉਹਨੂੰ 1 ਸਾਲ ਦੇ ਲਈ ਸਦਨ ਤੋਂ ਸਸਪੈਂਡ ਕਰਨਾ ਚਾਹੀਦਾ। ਤਾਂ ਉਹਨਾਂ ਦਾ ਆਦਤ ਬਣ ਚੁੱਕੀ ਆ, ਬਸ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਦੇ ਬਾਹਰ ਊਲ ਜਲੂਲ ਬੋਲਦੇ ਨੇ, ਪਤਾ ਨਹੀਂ ਕੀ ਬੋਲੀ ਜਾਂਦੇ ਨੇ, ਕਦੇ ਆਪਣੇ ਪਿਤਾ ਨੂੰ ਹੀ ਕਹਿੰਦੇ ਨੇ ਮੇਰੇ ਪਿਤਾ ਸਮਾਨ। ਵਿਧਾਨ ਸਭਾ ਦੀ ਸਬ ਕਮੇਟੀ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਜੀ, ਇਹਨਾਂ ਨਾਲ ਗੱਲ ਕਰਦੇ ਆ। ਚੀਮਾ ਜੀ, ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਹੈ, ਤੁਹਾਡੀ ਪਾਰਟੀ ਦੇ ਵੀ ਇੱਕ ਆਗੂ ਉਸ ਕਮੇਟੀ ਦੇ ਮੈਂਬਰ ਸੀਗੇ, ਆਪਣੀ ਸਿਫਾਰਿਸ਼ਾਂ ਕਮੇਟੀ ਵੱਲੋਂ ਦਿੱਤੀਆਂ ਗਈਆਂ, ਹੁਣ ਕਿਸ ਤਰੀਕੇ ਦੀ ਕਾਰਵਾਈ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਹੋਣੀ ਚਾਹੀਦੀ, ਤੁਸੀਂ ਕੀ ਮੰਨਦੇ? ਦੇਖੋ, ਸੁਖਬੀਰ ਸਿੰਘ ਬਾਦਲ ਜੀ ਜਿਹੜੇ ਕਿ ਪੰਜਾਬ ਦੀ ਵਿਧਾਨ ਸਭਾ 'ਚ ਮੈਂ ਕਹਿੰਦਾ 10 ਸਾਲ ਲਗਾਤਾਰ ਮੈਂਬਰ ਰਹੇ ਨੇ ਔਰ ਹੁਣ ਵੀ ਮੈਂਬਰ ਲਗਾਤਾਰ ਹੈ ਨੇਗੇ ਔਰ ਉਹ ਡਿਪਟੀ ਸੀ ਐਮ ਵੀ ਰਹੇ ਨੇ ਪੰਜਾਬ ਦੇ, ਉਹਨਾਂ ਨੂੰ ਅਜਿਹੀ ਭਾਸ਼ਾ ਬੋਲਣੀ, ਅਜਿਹੇ ਸ਼ਬਦ ਬੋਲਣੇ ਜਿਹੜੇ ਕਿ ਬਿਲਕੁਲ ਝੂਠੇ ਹੋਣ ਨਹੀਂ ਚਾਹੀਦੇ, ਉਹਨਾਂ ਨੂੰ ਤੁਰੰਤ ਮਾਫ਼ੀ ਮੰਗਣੀ ਚਾਹੀਦਾ, ਵਿਧਾਨ ਸਭਾ ਨੂੰ ਮਿਸਲੀਡ ਨਹੀਂ ਕਰਨਾ ਚਾਹੀਦਾ। ਵਿਧਾਨ ਸਭਾ ਪੰਜਾਬ ਦਾ ਉਹ ਪਵਿੱਤਰ ਸਦਨ ਆ ਜਿੱਥੇ ਬੈਠ ਕੇ ਜਿਹੜੇ ਜਿੱਤੇ ਹੋਏ ਨੁਮਾਇੰਦੇ ਨੇ ਉਹ ਪੰਜਾਬ ਦੇ ਕਾਨੂੰਨ ਬਣਾਉਂਦੇ ਨੇ, ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕਾਨੂੰਨ ਬਣਾਉਂਦੇ ਨੇ, ਉੱਥੇ ਜਾ ਕੇ ਊਲ ਜਲੂਲ ਬੋਲਣਾ, ਉੱਥੇ ਜਾ ਕੇ ਝੂਠ ਬੋਲਣਾ ਬਹੁਤ ਮਾੜੀ ਗੱਲ ਆ। ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਆ, ਪੰਜਾਬ ਦੇ ਲੋਕਾਂ ਤੋਂ ਮੰਗਣੀ ਚਾਹੀਦੀ ਆ, ਵਿਧਾਨ ਸਭਾ ਦੇ ਸਦਨ 'ਚ ਆ ਕੇ ਮਾਫ਼ੀ ਮੰਗਣੀ ਚਾਹੀਦੀ ਆ ਤਾਂ ਕਿ ਉਹ ਸਦਨ ਦੀ ਜਿਹੜੀ ਮਰਿਆਦਾ ਉਹ ਬਾਹਰ ਹੋ ਸਕੇ। ਅਤੇ ਕੋਈ ਕਾਰਵਾਈ ਉਸ 'ਤੇ ਹੋ ਸਕਦੀ? ਤੁਸੀਂ ਪੇਸ਼ੇ ਤੋਂ ਐਡਵੋਕੇਟ ਵੀ ਹੋ, ਅਸੀਂ ਤੁਹਾਡੇ ਤੋਂ ਅਗਰ ਜਾਣਨਾ ਚਾਹੀਏ ਅਤੇ ਕਿਸ ਤਰੀਕੇ ਦੀ ਕਾਰਵਾਈ ਹੈ ਅਗਰ ਇਸ ਤਰ੍ਹਾਂ ਦੀ ਕੋਈ ਕੋਈ ਸਦਨ ਨੂੰ ਗੁੰਮਰਾਹ ਕਰਦਾ ਹੈ ਤਾਂ ਉਹਦੇ ਖਿਲਾਫ਼ ਇਸ ਤਰ੍ਹਾਂ ਦੀ ਕਾਰਵਾਈ? ਦੇਖੋ, ਪ੍ਰਿਵਿਲੇਜ ਮੋਸ਼ਨ ਉਹਨਾਂ ਦੇ ਖਿਲਾਫ਼ ਜਿਹੜਾ ਲਾਇਆ ਗਿਆ ਸੀ ਉਹਦੀ ਉਸ ਕਮੇਟੀ ਦੀ ਰਿਪੋਰਟ ਆਈ ਆ, ਮੈਂ ਸਮਝਦਾ ਵੀ ਸਪੀਕਰ ਸਾਹਿਬ ਨੂੰ ਉਹਦੇ ਖਿਲਾਫ਼ ਸਖ਼ਤ ਐਕਸ਼ਨ ਲੈਣਾ ਚਾਹੀਦਾ, ਘੱਟੋ ਘੱਟ ਉਹਨੂੰ 1 ਸਾਲ ਦੇ ਲਈ ਸਦਨ ਤੋਂ ਸਸਪੈਂਡ ਕਰਨਾ ਚਾਹੀਦਾ ਤਾਂ ਕਿ ਉਹਨੂੰ ਮਾੜੀ ਮੋਟੀ ਜਿਹੜੀ ਹੈਗੀ ਸਮਝ ਆ ਸਕੇ, ਨਹੀਂ ਤਾਂ ਉਹਨਾਂ ਦਾ ਆਦਤ ਬਣ ਚੁੱਕੀ ਆ, ਬਸ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਦੇ ਬਾਹਰ ਊਲ ਜਲੂਲ ਬੋਲਦੇ ਨੇ, ਪਤਾ ਨਹੀਂ ਕੀ ਬੋਲੀ ਜਾਂਦੇ ਨੇ, ਕਦੇ ਆਪਣੇ ਪਿਤਾ ਨੂੰ ਹੀ ਕਹਿੰਦੇ ਨੇ ਮੇਰੇ ਪਿਤਾ ਸਮਾਨ। ਸੋ ਉਹਨਾਂ ਨੂੰ ਜਿਉਂਦੇ ਹੋ ਮੈਂ ਸਮਝਦਾ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਲਿਆ ਹੈਗਾ, ਜਦੋਂ ਤੋਂ ਉਹਨਾਂ ਦੀ ਪਾਰਟੀ ਪੰਜਾਬ ਵਿੱਚੋਂ ਬੁਰੀ ਤਰ੍ਹਾਂ ਹਾਰੀ ਆ, ਉਦੋਂ ਉਹਨਾਂ ਦਾ ਦਿਮਾਗੀ ਤਵਾਜ਼ਨ ਠੀਕ ਨਹੀਂ ਰਿਹਾ। ਚੀਮਾ ਜੀ, ਤੁਹਾਡੀ ਪਾਰਟੀ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਆਵਾਜ਼ ਚੱਕੀ ਜਾਏਗੀ? ਅਸੀਂ ਵਿਧਾਨ ਸਭਾ ਦੇ ਸਪੀਕਰ ਸਾਹਿਬ ਤੋਂ ਮੰਗ ਕਰ ਰਹੇ ਹਾਂ ਕਿ ਵੀ ਸਪੀਕਰ ਸਾਹਿਬ ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ ਤਾਂ ਕਿ ਸਦਨ ਦੀ ਮਰਿਆਦਾ ਬਣੀ ਰਹੀ, ਸਦਨ ਦੀ ਮਰਿਆਦਾ ਭੰਗ ਨਾ ਹੋਵੇ, ਕਿਉਂਕਿ ਸਦਨ ਇੱਕ ਪਵਿੱਤਰ ਸਦਨ ਆ, ਸਦਨ ਇੱਕ ਉਹ ਮੰਦਿਰ ਆ ਜਿੱਥੇ ਪੰਜਾਬ ਨਾਲ ਸੰਬੰਧਿਤ ਮੁੱਦੇ ਡਿਸਕਸ਼ਨ ਹੁੰਦੇ, ਜਿੱਥੇ ਪੰਜਾਬ ਦੇ ਲੋਕਾਂ ਦੀ ਰਾਹਤ ਦਾ ਜਿਹੜਾ ਅਸੀਂ ਸਮਝਦੇ ਹਾਂ ਵੀ ਕਿਤੇ ਨਾ ਕਿਤੇ ਕੰਮ ਹੁੰਦਾ ਗਾ ਔਰ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਸਦਨ ਬਣਿਆ ਹੋਇਆ, ਪੰਜਾਬ ਦੀ ਇੱਕ ਡੈਮੋਕ੍ਰੇਸੀ ਜਿੱਦਾਂ ਰੱਖਣ ਲਈ ਜਿਹੜਾ ਸਦਨ ਬਣਿਆ ਹੋਇਆ, ਉਹ ਸਦਨ ਨੂੰ ਕੋਈ ਢਾਹ ਨਾ ਲੱਗੇ। ਸੋ ਇਸ ਤਰ੍ਹਾਂ ਜਿਹੜੇ ਨੇਤਾ ਨੇ ਜਿਹਨਾਂ ਨੂੰ ਆਮ ਤੌਰ 'ਤੇ ਲੋਕ ਕਹਿੰਦੇ ਨੇ ਮੰਦਬੁੱਧੀ, ਉਹ ਉੱਥੇ ਮਾੜਾ ਕੋਈ ਪ੍ਰਦਰਸ਼ਨ ਨਾ ਕਰ ਸਕਣ। ਧੰਨਵਾਦ। ਬਿਲਕੁਲ, ਇਹ ਸੀਗੇ ਹਰਪਾਲ ਸਿੰਘ ਚੀਮਾ, ਜਿਨ੍ਹਾਂ ਨੇ ਸਾਫ਼ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸਦਨ ਦੇ ਵਿੱਚ ਆ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਇਸ ਦੇ ਉੱਤੇ ਜਿਹੜੀ ਰੂਲ ਅਗਰ ਕਹਿੰਦਾ ਹੈ ਅਤੇ ਉਹਦੇ ਮੁਤਾਬਕ 1 ਸਾਲ ਲਈ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਹੈ ਉਹ ਮੈਂਬਰਸ਼ਿਪ ਰੱਦ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਸਬਕ ਆ ਸਕੇਗੀ ਕਿ ਇਸ ਪਵਿੱਤਰ ਸਦਨ ਦਾ ਜਿਹੜਾ ਅਪਮਾਨ ਹੈ ਉਹ ਦੁਬਾਰਾ ਨਾ ਕਰ ਸਕਣ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।